ਰੇ ਬੱਚੇ ਸਾਰਿਆਂ ਨੂੰ ਪਿਆਰ ਭਰ ਸਤਿਕਾਰ ਹਰ ਬੇਟਾ ਨਵਉਦਿਆ ਦਾਖਲਾ ਪ੍ਰੀਖਿਆ ਤਿਆਰੀ ਦੀਨ ਆਪਾਂ ਮੂਕ ਟੈਸਟ R524 ਦੇ 13 ਨੰਬਰ ਸਵਾਲ ਤੇ ਆ ਗਏ ਬੇਟਾ ਤਾਂ ਇਹ ਬੇਟਾ ਮਾਨਸਿਕ ਯੋਗਤਾ ਦਾ ਚੌਥਾ ਭਾਗ ਹੈਗਾ ਇਹ ਠੀਕ ਹੈ ਚਾਰ ਚਾਰ ਨੰਬਰ ਦਾ ਇੱਕ ਭਾਗ ਹੈ 10 ਭਾਗ ਆਉਂਦੇ ਆ ਤੇ ਚੌਥੇ ਭਾਗ ਦੇ ਵਿੱਚ ਬੇਟਾ ਉਹ ਕਹਿੰਦਾ ਵੀ ਆਹਾਂ ਤਿੰਨ ਦੋ ਇੱਕ ਆ ਪ੍ਰਸ਼ਨ ਚਿੱਤਰ ਹੈ ਤੇ ਆ ਉੱਤਰ ਚਿੱਤਰ ਦਿੱਤੇ ਆ ਪ੍ਰਸ਼ਨ ਚਿੱਤਰ ਦੇ ਵਿੱਚ ਕਹਿੰਦਾ ਇਹ ਤਿੰਨੇ ਚਿੱਤਰ ਹੈ ਜਿਹੜੇ ਇੱਕ ਲੜੀ ਦੇ ਵਿੱਚ ਹੈ ਇਸੇ ਲੜੀ ਤਹਿਤ ਇੱਥੇ ਚੌਥਾ ਚਿੱਤਰ ਹੈ ਜਿਹੜਾ ਉਹ ਆਪਾਂ ਪੂਰਾ ਕਰਨਾ ਹੈ ਠੀਕ ਹੈ ਬੇਟਾ ਤਾਂ ਅਸੀਂ ਬੇਟਾ ਧਿਆਨ ਦੇ ਨਾਲ ਆਬਜ਼ਰਵ ਕਰਾਂਗੇ ਆ ਬੇਟਾ ਇੱਥੇ ਪੱਤੀ ਬਲੈਕ ਆ ਇਹ ਫਿਰ ਇੱਕ ਘਰ ਛੱਡ ਕੇ ਅਗਲੇ ਘਰ ਚੱਲ ਫਿਰ ਇਹ ਦੋ ਘਰ ਛੱਡ ਕੇ ਇੱਥੇ ਆ ਜਾਂਦੀ ਉਸ ਤੋਂ ਬਾਅਦ ਬੇਟਾ ਇਹ ਤਿੰਨ ਘਰੇ ਛੱਡ ਕੇ ਇੱਥੇ ਆ ਜੂਗੀ ਇੱਥੇ ਆ ਬਲੈਕ ਪੱਤੀ ਆ ਜੂਗੀ 1 2 3 ਇਸ ਤਰ੍ਹਾਂ ਚੱਲਦੀ ਪਈ ਆ ਤਾਂ B1 ਆ ਬੇਟਾ ਜਿਹੜਾ ਸਾਡਾ ਰਾਈਟ ਆਨਸਰ ਬਣੂਗਾ ਇਸ ਤਿਹਾਬ ਦੇ ਨਾਲ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 14 ਸਵਾਲ ਨੰਬਰ 14 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਬੇਟਾ ਆਹ ਇਸ ਤਰ੍ਹਾਂ ਕਰਕੇ ਐਰੋ ਬਣਿਆ ਹੋਇਆ ਫਿਰ ਇਹ ਬੇਟਾ ਕਲॉकवाਾਈਜ਼ ਘੁੰਮ ਗਿਆ ਐਰੋ 2 ਬਣ ਗਏ ਠੀਕ ਹੈ ਆਹ ਡਾਟ ਉੱਪਰ ਰਹਿ ਗਿਆ ਫਿਰ ਇਹ ਕਲॉकवाਾਈਜ਼ ਅੱਗੇ ਚਲਾ ਗਿਆ ਐਰੋ 3 ਬਣ ਗਏ ਫਿਰ ਇਹ ਕਲॉकवाਾਈਜ਼ ਐਸ ਲੋਟ ਨੂੰ ਐਰੋ 4 ਬਣ ਜਾਣਗੇ ਠੀਕ ਹੈ ਬੇਟਾ ਤਾਂ D1 ਬੇਟਾ ਸਿਮੇਟਰੀ ਆ ਜਿਹੜੀ ਇਹਦੀ ਪੂਰੀ ਕਰਦਾ ਪਿਆ ਇਸ ਕਰਕੇ D1 ਸਾਡਾ ਰਾਈਟ ਆਨਸਰ ਆਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ ਤਾਂ ਸਵਾਲ ਨੰਬਰ 15 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਆਹਾ ट्रायंगल ਤੇ ਆ ਕਿੱਤੀ ਬਣੀ ਹੋਈ ਆ ਠੀਕ ਹੈ ਇੱਕ ਡੱਬੇ ਚ ਚਾਰ ਵਰਗ ਬਣੇ ਹੋਇਆ ਉਹਦੂ ਅਗਲੇ ਸਟੈਪ ਚ ਆਹਾ ਕਿੱਤੀ ਇਧਰ ਨੂੰ ਆ ਜਾਂਦੀ ਆ ਠੀਕ ਹੈ ਫਿਰ ਜਦੋਂ ਇਹ ਇਧਰ ਨੂੰ ਆ ਜਾਂਦੀ ਆ ट्रायंगल ਅਗਲੇ ਘਰ ਚਲੀ ਜਾਂਦੀ ਆ ਠੀਕ ਹੈ ਬੇਟਾ ਫਿਰ ਇਹਦੂ ਅਗਲੇ ਸਟੈਪ ਚ ਇਹ ਕਰਤੀ ਇੱਥੇ ਆ ਜੂਗੀ ਠੀਕ ਹੈ ਤਾਂ ਇਹ ਇੱਥ ਮਤਲਬ ਟ੍ਰਾਇੰਗਲ ਇੱਥੇ ਹੀ ਰਹਿ ਜੂਗੀ ਉਦੋਂ ਅਗਲੇ ਸਟੈਪ ਚ ਟ੍ਰਾਇੰਗਲ ਅਗਲੇ ਘਰ ਜਾਂਦੀ ਹੈ ਤਾਂ ਬੇਟਾ ਇੱਥੋਂ ਆਹਾ ਕਰਤੀ ਹੈ ਜਿਹੜੀ ਇੱਥੇ ਆ ਗਈ ਠੀਕ ਹੈ ਟ੍ਰਾਇੰਗਲ ਇੱਥੇ ਹੀ ਰਹਿ ਜੂਗੀ ਤਾਂ 15 ਦਾ ਬੇਟਾ A1 ਸਾਡਾ ਰਾਈਟ ਆਨਸਰ ਆਊਗਾ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਿੰਨੇ ਆ ਅੱਗੇ ਆ ਗਿਆ ਬੇਟਾ ਸਵਾਲ ਨੰਬਰ 16 ਸਵਾਲ ਨੰਬਰ 16 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਬੇਟਾ ਆਹ ਆ ਤਿੰਨ ਜ਼ੀਰੋਆਂ ਆ ਵੀ ਤਿੰਨ ਜ਼ੀਰੋ ਤਿੰਨ ਤਿੰਨ ਜ਼ੀਰੋਆਂ ਹੈਗੀਆਂ ਪਹਿਲੇ ਵਾਰੀ ਚ ਇੱਥੇ ਇੱਕ ਕਰਾਸ ਲੱਗਦਾ ਇੱਥੋਂ ਜ਼ੀਰੋ ਗੈਪ ਹੋ ਜਾਂਦੀ ਓਦੋਂ ਬਾਅਦ ਚ ਇੱਥੇ ਦੋ ਕਰਾਸ ਦੂਜਾ ਲੱਗਿਆ ਜ਼ੀਰੋ ਗੈਪ ਹੋ ਗਈ ਫਿਰ ਇੱਥੇ ਕਰਾਸ ਲੱਗੂਗਾ ਆ ਵੀ ਜ਼ੀਰੋ ਗੈਪ ਹੋ ਜੂਗੀ ਠੀਕ ਹੈ ਤਾਂ A1 ਸਾਡਾ ਰਾਈਟ ਆਨਸਰ ਬਣ ਜਾਊਗਾ 16 ਨੰਬਰ ਦਾ ਠੀਕ ਹੈ ਬੇਟਾ ਤਾਂ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 17 ਸਵਾਲ ਨੰਬਰ 17 ਦੇ ਵਿੱਚ ਬੇਟਾ ਕੀ ਹੈਗਾ ਇਹ ਵੀ ਉਹਦੇ ਨਾਲ ਰਲਦਾ ਮਿਲਦਾ ਹੀ ਹੈ ਕਹਿੰਦਾ ਜਿਹੜਾ ਇਹ ਬੇਟਾ ਅਗਲਾ ਭਾਗ ਆ ਗਿਆ ਇਹਦਾ ਠੀਕ ਹੈ ਪੰਜਵਾਂ ਭਾਗ ਹੈ ਜਿਹੜਾ ਇਹਦਾ ਇਹਦੇ ਨਾਲ ਸੰਬੰਧ ਆ ਉਹੀ ਇਹਦਾ ਇਹਦੇ ਨਾਲ ਸੰਬੰਧ ਬਣਾਉਣਾ ਹੈ ਤਾਂ ਬੇਟਾ ਇਹ 1 2 3 4 ਆ ਲਾਈਨਾਂ ਇੱਥੇ ਚਾਰ ਲਾਈਨਾਂ ਬਣਣਗੀਆਂ ਠੀਕ ਹੈ ਚਤਰਪੋਜ ਬਣਿਆ ਇੱਥੇ ਪੰਜ ਹੈ ਇੱਥੇ ਪੰਜ ਲਾਈਨਾਂ ਆ ਜਾਣਗੀਆਂ ਠੀਕ ਹੈ ਸਿੰਪਲ ਜੀ ਗੱਲ ਹੈਗੀ ਹੈ ਤਾਂ 1 2 3 4 5 ਆਹ 5 ਲਾਈਨਾਂ ਹੈਗੀਆਂ ਇਹ D1 ਸਾਡਾ ਰਾਈਟ ਆਨਸਰ ਬਣੂਗਾ ਅੱਗੇ ਆ ਗਿਆ ਸਵਾਲ ਨੰਬਰ 18 ਸਵਾਲ ਨੰਬਰ 18 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਅਗਲੇ ਸਟੈਪ ਦੇ ਵਿੱਚ ਬੇਟਾ ਇਹ ਜਿਹੜਾ ਹੈਗਾ ਆ ਜਾਂ ਲਾਲੂ ਕਿਰਤੀ ਕਲॉक 45 ਡਿਗਰੀ ਤੇ ਘੁੰਮਦੀ ਪਈ ਹੈ ਤੇ ਆਹ ਜਿਹੜੇ ਮੂੰਹ ਆ ਅੰਦਰ ਨੂੰ ਕਰ ਲੈਂਦੇ ਆ ਆ ਕਿੱਤੀਆਂ ਜਿਹੜੀਆਂ ਠੀਕ ਹੈ ਬੰਦ ਹੋ ਜਾਂਦੀ ਬੰਦ ਕਿਰਤੀ ਬਣ ਜਾਂਦੀ ਹੈ 45 ਡਿਗਰੀ ਤੇ ਘੁੰਮ ਕੇ ਠੀਕ ਹੈ ਇਸੇ ਤਰ੍ਹਾਂ ਹੀ ਬੇਟਾ ਆ ਵੀ 45 ਡਿਗਰੀ ਤੇ ਘੁੰਮ ਜਾਊਗਾ ਆ ਲਾਈਨਾਂ ਘੁੰਮ ਜਾਣਗੀਆਂ ਠੀਕ ਹੈ ਇੱਥੋਂ ਇੱਥੇ ਆਜੂ 45 ਤੇ ਤੇ ਆਹਾ ਆਕਿਰਤੀ ਆ ਜਿਹੜੀ ਬੰਦ ਆਕਿਰਤੀ ਬਣ ਜਾਊਗੀ ਠੀਕ ਹੈ ਬੇਟਾ ਤਾਂ ਆ ਦੇਖੋ ਬੇਟਾ ਲਾਈਨਾਂ 45 ਡਿਗਰੀ ਤੇ ਆ ਬੰਦ ਕਿਰਤੀ ਬਣ ਗਈ C1 ਸਾਡਾ ਰਾਈਟ ਆਨਸਰ ਬਣ ਜਾਊਗਾ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 19 ਆ ट्रायंगल ट्रायंगल ਦੇ ਵਿੱਚ ਇੱਕ ਹੋਰ ट्रायंगल ਤੇ ਵਿੱਚ ਉਹਦੇ ਪਾਰਟੀਸ਼ਨ ਕਰ ਦਿੱਤੀ ਗਈ ਠੀਕ ਹੈ ਇਸੇ ਤਰ੍ਹਾਂ ਹੀ ਬੇਟਾ ਚੱਕਰ ਚੱਕਰ ਦੇ ਵਿੱਚ ਇੱਕ ਹੋਰ ਚੱਕਰ ਤੇ ਉਸ ਚੱਕਰ ਦੀ ਉੱਪਰੋਂ ਥੱਲੇ ਨੂੰ ਪਾਰਟੀਸ਼ਨ ਕਰ ਦਿੱਤੀ ਜਾਊਗੀ ਠੀਕ ਹੈ ਬੇਟਾ ਤਾਂ ਆਹ ਪਾਰਟੀਸ਼ਨ ਨਹੀਂ ਬੇਟਾ ਉੱਪਰੋਂ ਥੱਲੇ ਨੂੰ ਪਾਰਟੀਸ਼ਨ ਕੀਤੀ ਹੋਈ ਹੈ ਇਸ ਕਰਕੇ A1 ਸਾਡਾ ਰਾਈਟ ਆਨਸਰ ਬਣੂਗਾ A1 ਨੂੰ ਐਜ਼ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 2 ਸਵਾਲ ਨੰਬਰ 20 ਦੇ ਵਿੱਚ ਧਿਆਨ ਨਾਲ ਦੇਖੋ ਬੇਟਾ ਆ ਆ ਕਿਰਤੀ ਬਣੀ ਹੋਈ ਆ ਆ ਕਿਰਤੀ 45 ਡਿਗਰੀ ਤੇ ਘੁੰਮ ਗਈ ਠੀਕ ਹੈ ਬੇਟਾ 45 ਡਿਗਰੀ ਤੇ ਘੁੰਮ ਗਈ ਇਸੇ ਤਰ੍ਹਾਂ ਹੀ ਬੇਟਾ ਆਹ ਕਿਰਤੀ ਹੈ ਆਹ ਵੀ 45 ਡਿਗਰੀ ਦੇ ਉੱਤੇ ਆ ਕਿਰਤੀ ਹੈ ਜਿਹੜੀ ਆ ਅੰਦਰਲੀ ਕਿਰਤੀ ਘੁੰਮ ਜਾਊਗੀ ਠੀਕ ਹੈ ਬੇਟਾ ਤਾਂ ਆ ਅੰਦਰਲੀ ਕਿਰਤੀ ਜਿਹੜਾ ਅੰਦਰਲਾ ਜਿਹੜਾ ਹੈਗਾ ਆ ਤੀਰਾਂ ਦੇ ਨਿਸ਼ਾਨ ਹੈਗੇ 45 ਡਿਗਰੀ ਤੇ ਘੁੰਮ ਜਾਣਗੇ ਬੇਟਾ ਤਾਂ ਬੀ ਮੇ ਦਾ ਦੇਖੋ 45 ਡਿਗਰੀ ਤੇ ਕਿੱਥੇ ਘੁੰਮਦੇ ਪਏ ਆ ਬੇਟਾ ਆ ਬੀ ਵਨ ਅਕਿਰਤੀ ਦੇ ਵਿੱਚ ਆ ਦੇਖੋ 45 ਡਿਗਰੀ ਤੇ ਆ ਹਾ ਅੰਦਰਲੀ ਅਕਿਰਤੀ ਘੁੰਮ ਗਈ ਬੀ ਵਨ ਸਾਡਾ ਰਾਈਟ ਆਨਸਰ ਆ ਜਾਊਗਾ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 20 ਤਾਂ ਬੇਟਾ ਤਾਂ ਅੱਗੇ ਇਹਦਾ 6ਵਾਂ ਪਾਗ ਸ਼ੁਰੂ ਹੋ ਗਿਆ ਸਵਾਲ ਨੰਬਰ 21 ਤੋਂ ਬੇਟਾ ਤਾਂ ਬੇਟਾ 21 ਤੋਂ 24 ਤੱਕ ਸਵਾਲ ਦੇ ਵਿੱਚ ਕੀ ਆ ਵੀ ਇੱਕ ਚੱਕਰ ਜਿਹੜਾ ਹੈਗਾ ਇੱਕ ਚੱਕਰ ਵਰਗ ਜਾਂ ਆਇਤ ਦਾ ਇੱਕ ਪੋਰਸ਼ਨ ਕੱਟਿਆ ਹੁੰਦਾ ਆਪਰੇਸ਼ਨ ਕਿਰਤੀ ਦੇ ਵਿੱਚ ਤੇ ਉਹਦਾ ਕੱਟ ਪੀਸ ਦੂਜੇ ਪਾਸੇ ਰੱਖਿਆ ਹੁੰਦਾ ਉੱਤਰ ਕਿਰਤੀਆਂ ਦੇ ਵਿੱਚ ਅਸੀਂ ਦੱਸਣਾ ਹੁੰਦਾ ਵੀ ਕਿਹੜਾ ਕੱਟ ਪੀਸ ਪੂਰਾ ਪੂਰਾ ਇੱਥੇ ਫਿਕਸ ਹੋਊਗਾ ਇਹਦੇ ਠੀਕ ਹੈ ਤੇ ਬੇਟਾ ਜਦੋਂ ਅਸੀਂ ਚਿੱਤਰ ਨੂੰ ਧਿਆਨ ਦੇ ਨਾਲ ਦੇਖਦੇ ਆਂ ਦੇਖੋ ਵੀ ਇਹਦਾ ਜਾਂ ਤਾਂ ਤੁਸੀਂ ਇਸ ਤਰ੍ਹਾਂ ਬਣਾ ਲਿਆ ਕਰੋ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੜਾ ਕੱਟ ਪੀਸ ਆ ਜਿਹੜਾ ਪੂਰਾ ਫਿਕਸ ਹੋਊਗਾ ਇੱਥੇ ਤੇ ਬੇਟਾ ਇਹ ਸਾਨੂੰ ਮੂਹ ਜਵਾਨੀ ਹੀ ਪਤਾ ਲੱਗ ਜਾਂਦਾ ਹੈ ਠੀਕ ਹੈ ਜਿਆਦਾ ਔਖਾ ਨਹੀਂ ਹੁੰਦਾ ਤਾਂ ਇਹਦੇ ਵਿੱਚ ਬੇਟਾ ਆ ਸੀ1 ਆ ਪੀਸ ਜਦੋਂ ਇੱਥੇ ਲਾ ਦਵਾਂਗੇ ਤਾਂ ਆ ਇਹਨੂੰ ਪੂਰਾ ਪੂਰਾ ਕਵਰ ਕਰਕੇ ਇੱਕ ਵਰਗਾਕਾਰ ਸ਼ੇਪ ਦੇ ਦੂਗਾ ਸੀ1 ਨੂੰ ਐ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 22 ਸਵਾਲ ਨੰਬਰ 22 ਦੇ ਵਿੱਚ ਬੇਟਾ ਆ ਆਪ ਆ ਇੱਥੋਂ ਪੋਰਸ਼ਨ ਪੂਰਾ ਕਰਾਂਗੇ ਵਰਗ ਕਿਵੇਂ ਬਣੂਗਾ ਤੇ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਆਂ ਇਹਦੇ ਕਟਾਂ ਦੇ ਹਿਸਾਬ ਦੇ ਨਾਲ ਅਸੀਂ ਅੰਦਾਜ਼ਾ ਲਾਉਣਾ ਹੁੰਦਾ ਵੀ ਕਿਹੜਾ ਪੂਰਾ ਪੂਰਾ ਇਹਨੂੰ ਫਿਕਸ ਕਰਦਾ ਆ ਤਾਂ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਆ ਤਾਂ ਆਹ ਦੇਖੋ D1 ਕਿਤੇ ਉਸੇ ਤਰ੍ਹਾਂ ਨੋਬਾਂ ਤੇ ਸਾਰਾ ਕੁਝ ਇਹਦੇ ਬਣਦਾ ਪਿਆ ਜੇ ਨਹੀਂ ਪਤਾ ਲੱਗਦਾ ਤੇ ਇਹਨੂੰ ਇਸ ਤਰ੍ਹਾਂ ਬਣਾ ਕੇ ਦੇਖ ਲਿਓ ਠੀਕ ਹੈ ਤੇ D1 ਸਾਡਾ ਰਾਈਟ ਆਨਸਰ ਆਊਗਾ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 23 ਸਵਾਲ ਨੰਬਰ 23 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਬੇਟਾ ਤੇਈ ਦੇ ਵਿੱਚ ਇੱਥੋਂ ਕਿਹੜਾ ਪੋਰਸ਼ਨ ਹੈ ਜਿਹੜਾ ਇੱਥੇ ਜੇ ਲਾ ਦਿੱਤਾ ਜਾਵੇ ਤਾਂ ਇਹਨੂੰ ਵਰਗਾਕਾਰ ਖੇਤੀ ਬਣਾ ਦੂਗਾ ਤੇ ਬੇਟਾ ਸੀ 1 ਜਿਹੜਾ ਹੈਗਾ ਬਿਲਕੁਲ ਇਹਨੂੰ ਪੂਰਾ ਪੂਰਾ ਕਵਰ ਕਰਕੇ ਇੱਕ ਵਰਗਾਕਾਰ ਸ਼ੇਪ ਦੇ ਦਊਗਾ ਇਸ ਕਰਕੇ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 24 ਤਾਂ ਸਵਾਲ ਨੰਬਰ 24 ਦੇ ਵਿੱਚ ਬੇਟਾ ਧਿਆਨ ਦੇ ਨਾਲ ਦੇਖੋ ਤੁਸੀਂ ਵੀ ਇੱਥੇ ਕਿਹੜਾ ਆਹ ਕਾਰਨਰ ਇੱਕ ਹੀ ਬਣਦਾ ਪਿਆ ਠੀਕ ਹੈ ਵੀ ਕਿਹੜਾ ਕਾਰਨਰ ਹੈ ਜਿਹੜਾ ਇੱਥੇ ਫਿਕਸ ਹੋਊਗਾ ਪੂਰਾ ਪੂਰਾ ਠੀਕ ਹੈ ਤੇ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਦੇਖਦੇ ਆ ਤਾਂ ਬੇਟਾ ਸਵਾਲ ਨੰਬਰ 24 ਚ ਦੇਖੋ ਆ ਨੋਬ ਕਿੱਥੇ ਫਿਕਸ ਹੁੰਦੀ ਪਈ ਆ ਪੂਰੀ ਪੂਰੀ ਠੀਕ ਹੈ ਤਾਂ ਆ A1 ਕਿਤੇ ਜੇ ਬੇਟਾ ਚੱਕ ਕੇ ਇੱਥੇ ਰੱਖ ਦਵਾਂਗੇ ਤਾਂ A ਨੂੰ ਇੱਕ ਵਰਗਾਕਾਰ ਸ਼ੇਪ ਦੇ ਦਊਗੀ ਇਸ ਕਰਕੇ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਤਾਂ ਸੋ ਇਹ ਸਗਾ ਬੇਟਾ ਇਹਦਾ ਸਵਾਲ ਨੰਬਰ 24 ਇਸ ਤੋਂ ਬਾਅਦ ਚ ਅਗਲਾ ਪੋਰਸ਼ਨ ਜਿਹੜਾ ਉਹ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ